ਟੌਮੀ ਮੈਂ ਇੱਕ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ। ਕੀ ਪੰਗਾ ਪੈ ਗਿਆ ਲੈਂਸ? ਉਹ ਤੂੰ ਆ ਮੇਰੇ ਦੋਸਤ, ਮਨ ਲੱਗਦਾ ਤੂੰ ਮੇਰੀ ਇੱਜ਼ਤ ਨਹੀਂ ਕਰਦਾ, ਮੇਰੀ ਕੇਅਰ ਨਹੀਂ ਕਰਦਾ, ਹੋਰ ਉਸ ਤੋਂ ਵੀ ਜ਼ਿਆਦਾ ਤੂੰ ਮੇਰੀ ਬੇਇੱਜ਼ਤੀ ਕਰਦਾ ਇਸ ਮੁੰਡਿਆਂ ਦੇ ਸਾਹਮਣੇ ਖੜੇ ਹੋ ਕੇ, ਔਰ ਮੈਂ ਨਹੀਂ ਸਹਿ ਸਕਦਾ। ਬਸ ਲੈਂਸ, ਐਵੇਂ ਕੁਛ ਨਹੀਂ ਹੈ, ਤੈਨੂੰ ਲੱਗਦਾ ਮਿਸਟੇਕ ਹੋ ਗਈ ਹੋਣੀ ਕੋਈ। ਟੌਮੀ ਮੈਂ ਤੇਰਾ ਕੋਈ ਖਬਰ ਹੀ ਨਹੀਂ ਆ, ਨਾ ਹੀ ਮੈਂ ਤੇਰੇ ਕੋਈ ਕੰਮ ਕਰਨ ਵਾਲਾ ਮੁੰਡਾ। ਲੈਂਸ ਗੱਲ ਸੁਣ, ਸਾਡਾ ਕੋਈ ਪੰਗਾ ਨਹੀਂ ਹੈ, ਪੰਗੇ ਨਾ ਪਾ ਕੇ ਉਰੇ ਮੈਨੂੰ ਮਿਲ ਕਿਸੀ ਇੱਕ ਦਿਨ ਆ ਕੇ ਛੇਤੀ। ਟੌਮੀ ਮੈਂ ਤੇਰੇ ਲਈ ਬਹੁਤ ਕੁਝ ਕੀਤਾ, ਪਰ ਤੂੰ ਮੇਰੀ ਬਿਲਕੁਲ ਵੀ ਇੱਜ਼ਤ ਨਹੀਂ ਕਰਦਾ, ਮੈਨੂੰ ਪਾਗਲ ਸਮਝਦਾ, ਪਲੀਜ਼ ਨਾ ਕਰ ਇਸ ਤਰ੍ਹਾਂ। ਚੱਲ ਅੱਗੇ ਤੇ ਨਹੀਂ ਕਰਦਾ, ਹੁਣ ਤੂੰ ਫਾਲਤੂ ਬੋਲਿਆ, ਮੈਂ ਤੇਰੀ ਢੂਈ ਬੰਨ ਦੂੰਗਾ ਅੱਗੇ। ਸੁਣ ਰਿਹਾ, ਹੱਥ ਜੋੜ ਰਿਹਾ ਇਸ ਟਾਈਮ, ਇਸ ਤਰ੍ਹਾਂ ਨਾ ਕਰ ਯਾਰ, ਮੈਂ ਇਮੋਸ਼ਨਲ ਹੋ ਜਾਂਦਾ ਬਹੁਤ ਛੇਤੀ। ਪਲੀਜ਼ ਭਰੋਸਾ ਰੱਖ ਮੇਰੇ ਤੇ, ਤੂੰ ਸੁਣ ਰਿਹਾ? ਤੂੰ ਸੁਣ ਰਿਹਾ? ਮੈਂ ਸੁਣ ਰਿਹਾ ਟੌਮੀ, ਪਰ ਮੈਂ ਹੁਣ ਜ਼ਿਆਦਾ ਨਹੀਂ ਸਹਿ ਸਕਦਾ ਇਸ ਤਰ੍ਹਾਂ। ਲੈਂਸ ਇਸ ਤਰ੍ਹਾਂ ਨਾ ਕਰ, ਮੈਂ ਤੈਨੂੰ ਵਾਰਨਿੰਗ ਦੇ ਰਿਹਾ ਆਖਰੀ। ਸੁਣ ਰਿਹਾ? ਤੂੰ ਸੁਣ ਰਿਹਾ? ਰਿਲੈਕਸ ਕਰ, ਥੋੜ੍ਹਾ ਦਿਨ ਤੂੰ ਛੁੱਟੀ ਪਜਾ ਕੰਮ 'ਤੇ, ਠੀਕ ਹੈ? ਮੈਂ ਤੇਰੇ ਤੋਂ ਬਾਅਦ 'ਚ ਗੱਲ ਕਰਦਾ। ਤੂੰ ਪਾਗਲ ਸਾਲਿਆ, ਕੀ ਸੋਚ ਰਿਹਾ ਹੁਣ ਇਸ ਵਕਤ ਖੜ੍ਹੇ ਹੋ ਕੇ? ਤੂੰ ਜਾਣਦਾ ਵੀ ਨਹੀਂ ਹੁਣ ਸਾਡੇ ਨਾਲ ਕੀ ਹੋ ਜੂਗਾ ਸਾਲਿਆ। ਯਾਰ ਟੈਮਰ ਵਾਲੀ ਸਕਰੂ ਹਿੱਲ ਗਈ ਯਾਰ, ਮੈਂ ਕੀ ਕਰਾਂ ਯਾਰ, ਹੁਣ ਮੈਂ ਦੱਸ ਕੀ ਕਰਾਂ? ਕਿਸੀ ਨੇ ਉੱਥੇ ਪੁਲਿਸ ਨੂੰ ਬੁਲਾ ਲਿਆ ਸਾਲਿਓ। ਕੀ ਪੰਗਾ ਪੈ ਗਿਆ? ਮਾਈਕ ਮਾਲ 'ਚ ਪੰਪ ਫੋੜਨ ਜਾ ਰਿਹਾ ਸੀ, ਪਤਾ ਨਹੀਂ ਸਾਲੇ ਨੇ ਕਿਆ ਉਹ ਕਰਤਾ, ਤਾਰ ਤੂਰ ਕੱਟਤੀ ਕੋਈ ਬੰਬ ਦੀ, ਚੱਲਾ ਹੈ ਇੱਕ ਨੰਬਰ ਦਾ, ਸਾਨੂੰ ਆਪਣਾ ਸਮਾਨ ਲੈ ਕੇ ਜਾਣਾ। ਸ਼ਾਂਤ ਹੋ ਜਾ ਦੋਨੋਂ, ਮੈਨੂੰ ਸੋਚਣ ਦੇ ਦੋ ਮਿੰਟ ਵਾਸਤੇ। ਟੌਮੀ ਵਰਸੈਟੀ ਕਿਸੇ ਚੀਜ਼ 'ਤੇ ਹਾਰ ਨਹੀਂ ਮੰਨਦਾ, ਨਾ ਹੀ ਉਹ ਕਿਸੇ 'ਤੇ ਡਰਦਾ ਹੈ, ਸੁਣ ਰਹੇ ਹੋ ਨਾ ਸਾਲਿਓ? ਪੁਲਿਸ ਵਾਲੇ ਮਾਲ 'ਚ ਗਏ ਹੋਣੇ, ਪੱਕੀ ਗੱਲ ਆ, ਔਰ ਪੂਰੀ ਸਿਕਿਉਰਿਟੀ ਹੋਣੀ ਉੱਥੇ, ਪਰ ਇਹਨੂੰ ਟਾਈਮ ਲੱਗੂਗਾ, ਸਾਨੂੰ ਉੱਥੇ ਜਾ ਕੇ ਖੁਦ ਬੰਬ ਪੰਨਣਾ ਪੈਣਾ। ਪੁਲਿਸ ਚਾਰੋਂ ਪਾਸੇ ਆ ਮੇਰੇ ਵੀਰ, ਅਸੀਂ ਕਿਸ ਤਰ੍ਹਾਂ ਜਾਊਂਗੇ? ਅਸੀਂ ਪੁਲਿਸ ਵਾਲੇ ਬਣ ਕੇ ਜਾਊਂਗੇ, ਸੁਣ ਰਿਹਾ? ਸਾਨੂੰ ਪੁਲਿਸ ਵਾਲੇ ਕੱਪੜੇ ਚਾਹੀਦੇ ਤੇ ਨਾਲੇ ਪੁਲਿਸ ਵਾਲੀ ਗੱਡੀ। ਧੰਨਵਾਦ ਤੈਨੂੰ ਮਾਈਕ, ਮੈਨੂੰ ਮਾਫ ਕਰਿਓ। ਸਮਝ ਆ ਗਿਆ, ਅਸੀਂ ਪਤਾ ਕੀ ਕਰੂੰਗੇ, ਪੁਲਿਸ ਵਾਲਿਆਂ ਨੂੰ ਲੌਕਰ 'ਚ ਬੰਦ ਕਰੂੰਗੇ, ਫਿਰ ਉਹਨਾਂ ਨੂੰ ਚੱਕ ਕੇ ਕੱਪੜੇ ਲੈ ਲਈਏ। ਭਰਾਵਾ ਆ ਜਾ, ਲਾਈਏ ਅੱਗ। ਚੱਲਦੇ ਫਿਰਦੇ ਹਵਾ 'ਚ ਉੱਡਦੇ ਵਰਸੈਟੀਆਂ ਦੇ ਕਾਕੇ ਮਲੰਗ ਬਣ ਕੇ ਘੁੰਮਦੇ ਗੱਡੀ 'ਚ ਹਰੇ ਰੰਗ ਦੀ, ਅਤੇ ਭਜਾਈ ਗੱਡੀ ਅਤੇ ਠੋਕੀ ਦੀਵਾਰ 'ਚ, ਬੈਕ ਲਿੱਤੀ ਅਤੇ ਅੱਗੇ ਪਾਈ ਔਰ ਭਜਾਈ। ਫਿਰ ਹੁਣ ਜਾਣਾ ਸਾਨੂੰ ਪੁਲਿਸ ਨੂੰ, ਸਾਨੂੰ ਟੈਨਸ਼ਨ ਦੇਣੀ ਪੈਣੀ ਪੁਲਿਸ ਨੂੰ, ਮਤਲਬ ਪੁਲਿਸ ਨੂੰ ਕਿਸੇ ਬੰਦੇ ਬੰਦੇ ਨੂੰ ਮਾਰ ਕੇ ਪੁਲਿਸ ਨੂੰ ਗਰਾਜ 'ਚ ਪਾ ਕੇ ਉਹਨਾਂ ਦੇ ਕੱਪੜੇ ਖੋਲ ਲੈਣੇ, ਔਰ ਨਾਲੇ ਗੱਡੀ ਲੈ ਲੈਣੀ ਉਹਨਾਂ ਦੀ ਛੇਤੀ। ਜੇ ਭੱਜੇ ਯਾਰ ਤੇਰਾ, ਥੋੜ੍ਹਾ ਗਰਾਜ ਕੋਲ ਜਾਵੇ ਉਹਦੇ ਬੰਦੇ ਮਾਰੇ ਅਤੇ ਪੁਲਿਸ ਨੂੰ ਠੱਗੇ। ਫਿਰ ਹੋਏ ਸਕੂਟਰ ਰੜਾ ਤੇ ਤੇਰੇ ਯਾਰ ਨੇ ਦੇਖਿਆ, ਇੱਕ ਮਿੰਟ ਰੁਕ, ਇਹਨੂੰ ਮਾਰਦਾ, ਹੱਥ ਕਾਹਤੇ ਚੱਕ ਰਿਹਾ ਉੱਪਰ, ਇਹਦੀ ਕਿਸ ਪੁਲਿਸ ਸਟੇਸ਼ਨ 'ਚ ਕਰਨਾ ਪੈਣਾ ਪੰਗਾ। ਰੁਕੋ ਉਰੇ ਕਰਦਾ ਮੈਂ, ਉਮਰ 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 ਇੱਕ 47 ਦਾ ਜੱਟ, ਮੈਂ ਕਮਾਂ ਆਤੰਕਵਾਦੀ ਤੇਰਾ ਯਾਰ। ਚਲੋ 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 ਚਲੋ, ਪੁਲਿਸ ਨਹੀਂ ਆਈ ਹਾਲੇ ਤੱਕ, ਪਿੱਛੇ ਇੱਕ ਸਟਾਰ ਪੁਲਿਸ ਪਿੱਛੇ ਪੈ ਗਈ। ਚਲੋ 21 ਸਟਾਰ ਕੰਮ ਹੈ ਸਾਡੇ ਵਾਸਤੇ, ਨਹੀਂ ਤਾਂ ਜ਼ਿਆਦਾ ਪਾਉਂਗਾ ਤਾਂ ਪੰਗਾ ਪੈ ਜੂਗਾ। ਪੁਲਿਸ ਆ ਜਾਓ ਆ ਜਾਓ, ਤੁਹਾਡੇ ਸਟੇਸ਼ਨ 'ਤੇ ਅੱਗੇ ਅਸੀਂ ਆਤੰਕਵਾਦੀ ਹਮਲਾ ਕਰ ਦਿੱਤਾ, ਹੁਣ ਤਾਂ ਆ ਜਾਓ ਛੇਤੀ। ਹੁਣ ਜਾਵਾਂ ਮੈਂ ਲੌਕਰ ਕੋਲ, ਲੌਕਰ ਦੇ ਕੰਢੇ ਜਾਊਂਗਾ ਅਤੇ ਮਾਰੂੰਗਾ ਪੁਲਿਸ ਦੇ ਡੰਡੇ। ਚਲੋ ਮੈਂ ਤੇਜ਼ ਰਫ਼ਤਾਰ 'ਤੇ ਜਾਵਾਂ। ਓਏ ਬਾਈ ਸਕਿੱਟ ਦੇਖੀ ਕਿਸ ਤਰ੍ਹਾਂ ਸੀ, ਮਾਲੂਬਾ ਕਲੱਬ ਵਾਲੇ ਨਜ਼ਾਰੇ ਹੀ ਆ ਜਾਂਦਾ, ਮੈਂ ਤਾਂ ਉਰੇ 'ਤੇ ਕੱਟ 'ਤੇ ਹਮੇਸ਼ਾ, ਰੋਡ 'ਤੇ ਨਹੀਂ ਆਉਂਦਾ, ਉਰੇ 'ਤੇ ਅਲੱਗ ਹੀ ਸਵਾਦ ਆਉਂਦਾ ਜਾਣ ਦਾ। ਚਲੋ ਯਾਰ ਲੌਕਰ ਕੋਲ ਪਹੁੰਚ ਗਏ, ਹੁਣ ਹੌਲੀ ਦੇ ਕੇ ਗੱਡੀ ਰੋਕਾਂ ਮੈਂ, ਚਲੋ ਉਹ ਪੈ ਜਾਣੀ, ਨਹੀਂ ਤਾਂ ਬੰਦਾ ਚੱਕਦਿਆ ਉਰੇ ਰੋਕਾਂ। ਪੁਲਿਸ ਵਾਲੇ ਦੇਖਦਾ, ਆ ਜਾਓ ਸਾਲੇ, ਹੋ ਤੂੰ ਕਿਹਨੂੰ ਮਾਰਦਾ ਮੈਂ, ਉਹ ਵੱਡੀ DI ਮੰਤਰੀ ਦੀ ਕੁੜੀ ਤੂੰ। ਪੁਲਿਸ ਆ ਗਈ, ਹੁਣ ਪੁਲਿਸ ਆਊਂਗੀ, ਹੁਣ ਆਊਂਗੀ ਪੁਲਿਸ, ਮੈਂ ਅੰਦਰ ਲੌਕਰ ਦੇ ਅੰਦਰ ਗੱਡੀ ਵਾਲਾ। ਆ ਗਈ ਪੁਲਿਸ, ਆ ਗਈ ਲੌਕਰ ਦੇ ਅੰਦਰ ਵਾਲਾ, ਤਾਂ ਕਿ ਪੁਲਿਸ ਵੀ ਲੌਕਰ 'ਚ ਆ ਜਾਏ। ਉਹ ਪਿੱਛੇ ਹਟੋ ਪੁਲਿਸ ਵਾਲੇ, ਭੈਣ ਮੈਂ ਤਾਂ ਪੰਗਾ ਪਾ ਦਿਆ, ਆਓ 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 ਛੇਤੀ ਆਓ ਛੇਤੀ। ਚਲੋ ਯਾਰੋ, ਇੱਕ ਪੁਲਿਸ ਵਾਲਾ ਆ ਗਿਆ, ਮਾਰਾਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਮੈਂ ਉਰੇ। ਚਲੋ ਜੀ ਹੁਣ ਆਪਣੇ ਹੋਏ ਆ ਕੱਪੜੇ, ਬਾਕੀ ਆਪਾਂ ਆਪਣੇ ਆਪ ਸੰਭਾਲ ਲੂੰਗੇ। ਚੱਲੀਏ ਆ ਜਾ, ਕਰੀਏ ਨਾਸ ਮਾਰੀਏ ਬੰਦਿਆਂ ਦਾ, ਆ ਜਾ ਮੇਰੇ ਨਾਲ। ਮੁੰਡੇ ਚੌੜੇ ਲੰਬੇ ਲੰਜੇ ਜਿਹੇ ਨਾ ਕੱਪੜੇ ਪਾ ਲਏ ਅਤੇ ਜਾਏ, ਹੁਣ ਭੱਜੇ, ਹੁਣ ਤੂੰ ਕਾਤੇ ਭੱਜ ਰਿਹਾ ਓਏ, ਬੜਾ VIP ਮੰਨ ਰਿਹਾ ਆਪਣੇ ਆਪ ਨੂੰ। ਉਹ ਆ ਪੁਲਿਸ ਦੀ ਚੱਕੀ ਗੱਡੀ ਅਤੇ ਘੁੰਮ ਰਹੀ ਉਰੇ ਨੱਢੀ, ਹੁਣ ਚੱਲੀਏ ਯਾਰ। ਲੈਂਸ ਨੂੰ ਬਿਠਾਵਾਂ ਇੱਕ ਮਿੰਟ ਮੈਂ, ਆ ਜਾ ਓਏ, ਵੱਡਾ ਮੰਤਰੀ ਤੂੰ ਵੀ ਬਣਦਾ ਆਪਣੇ ਆਪ ਨੂੰ, ਪਿਛਲੀ ਸੀਟ 'ਤੇ ਬੈਠਿਆ ਜਿਸ ਤਰ੍ਹਾਂ, ਬਹੁਤ ਵੱਡਾ ਅਫਸਰ, IAS IAPS। ਚਲੋ ਯਾਰ ਹੁਣ ਆਈ ਪੰਗਾ ਸਾਡੀ ਲਾਈਫ ਦਾ, ਹੁਣ ਉਹਨੂੰ ਤਾਂ ਸਲਝਾਉਣਾ ਹੀ ਪੈਣਾ, ਜੇ ਨਾ ਸਲਝਾਈਏ ਤਾਂ ਪੰਗਾ ਪੈ। ਉਹ ਦੇਖੋ ਸਿਕਿਉਰਿਟੀ ਕਿੰਨੀ ਤਗੜੀ ਪੈ ਰਹੀ ਹੈ, ਆਪਾਂ ਨੇ ਮੌਲ 'ਚ ਜਾਣਾ ਅੰਦਰ, ਬਹੁਤ ਤਗੜੀ ਸਿਕਿਉਰਿਟੀ ਹੈ ਮੌਲ ਕੋਲ। ਮੈਂ ਉਰੇ ਗੱਡੀ ਰੋਕਦਾ, ਸਾਰਾ ਏਰੀਆ ਬੰਦ ਆ, ਤਾਂ ਹੀ ਤਾਂ ਪੁਲਿਸ ਵਾਲੇ ਮਣਕਾ ਜਾ ਰਹੇ। ਮੈਨੂੰ ਸਮਾਈਲ ਕਰੀ, ਹੈਲੋ ਆਫਿਸਰ, ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ। ਬਹੁਤ ਵਧੀਆ ਲੈਂਸ, ਪਤਾ ਨਹੀਂ ਕਾਹਤੇ ਯਾਰ ਮੈਨੂੰ ਉਰੇ ਆਉਣਾ ਬਹੁਤ ਚੰਗਾ ਲੱਗਦਾ, ਬੜੀ ਤਗੜੀ ਟਿਊਨਿੰਗ ਵੱਜਦੀ ਉਰੇ।
ਓਏ ਹੋਏ ਦਿਲ ਨੂੰ ਛੂ ਜਾਂਦੀ। ਹੁਣ ਆਪਾਂ ਲੱਭੀ ਜਗ੍ਹਾ ਜਿੱਥੇ ਬੰਬ ਭੰਨਣਾ ਸੀ ਕੈਫੇ ਤੋਂ। ਆ ਗਏ ਯਾਰ, ਉਹ ਮਿਲਟਰੀ ਖੜੀ ਉਰੇ। ਉਹ ਬਾਈ ਮਿਲਟਰੀ ਵਾਲੇ ਤਾਂ ਡਰ ਲੱਗਦਾ। ਟਾਈਮਰ ਸੈੱਟ ਹੋ ਗਿਆ, ਸਾਨੂੰ 5 ਸਕਿੰਟਾਂ 'ਚ ਬਾਹਰ ਜਾਣਾ ਪੈਣਾ। ਛੇਤੀ ਆ ਵੀਰ, ਛੇਤੀ ਆ, ਚੱਲੀਏ ਉਰੇ ਤੇ। ਚਲੋ ਯਾਰ ਆਪਾਂ ਜਾਵਾਂ ਛੇਤੀ ਛੇਤੀ, ਉਰੇ ਤਾਂ ਜਗ੍ਹਾ ਨਹੀਂ ਹੈਗੀ। ਉਹ ਬੰਬ ਭੰਨ ਗਿਆ ਹੋਏ, ਹੁਣ ਪੜੂੰਗੀ ਪੁਲਿਸ ਪਿੱਛੇ। ਉਹ ਧਮਾਕਾ ਦੇਖੋ ਪਿੱਛੋ, ਪੁਲਿਸ ਦੇਖੇ ਹੁਣ ਕਿੱਤਰਾ ਪਊਂਗੀ। ਉਹ ਭੱਜਾ ਭੱਜਾ ਮੈਂ ਛੇਤੀ ਛੇਤੀ ਬਾਹਰ ਭੱਜਾ। ਉਹ 5-star ਪੁਲਿਸ ਪਿੱਛੇ ਪੈ ਗਈ। ਉਹ ਇਹ ਪਹਿਲਾ ਇਹੋ ਜਿਹਾ ਮਿਸ਼ਨ ਦੇਖਿਆ ਜਿਸ 'ਚ 5-star ਪੁਲਿਸ ਪਿੱਛੇ ਪੈ ਗਈ। ਉਹ ਮੈਂ ਭੱਜਾ ਜੋੜਦੀ, ਉਹ ਬੰਬ ਧਮਾਕਾ ਕਰਦਾ ਸੀ ਕਸਰਾਬ ਦੀ ਤਰ੍ਹਾਂ। ਓਏ ਲੈਂਸ ਨੂੰ ਅੰਦਰ ਜਾ ਕੇ ਲੈ ਕੇ ਆਉਣਾ, ਉਹਨਾਂ ਦੀ ਬਾਂਹ ਫੜ ਕੇ ਲੈ ਕੇ ਮੈਂ ਯਾਰ ਭੱਜ ਹੀ ਨਹੀਂ ਸਕਦਾ। ਛੇਤੀ ਆ ਓਏ, ਮੇਰੀ ਹੈਲਥ ਘੱਟ ਹੋ ਗਈ, ਮੇਰਾ ਬੋਡੀ ਆਰਮਰ ਵੀ ਫਟ ਗਿਆ ਸਾਲਾ। ਛੇਤੀ ਅੰਦਰ ਗੱਡੀ 'ਚ। ਉਹ ਮੈਂ ਬਿਨਾਂ ਚੁੱਪ ਬੋਲੇ ਬਿਨਾਂ ਰੁਕੇ ਤੇਜ਼ ਜ਼ੁਬਾਨ 'ਤੇ ਡਬਿੰਗ ਕਰਾਂ, ਭਜਾਵਾਂ ਗੱਡੀ ਪਹਿਲੇ ਤਾਂ ਦੂਜੇ ਗੇਅਰ ਪਾ ਕੇ। ਉਹ ਸਵੈਟ ਦੀ ਗੱਡੀ ਪਿੱਛੇ ਪੈ ਗਈ ਓਏ, ਉਹ ਵੱਡੇ ਆ ਉੱਪਰ ਤਾਂ ਆਉਂਗੇ। ਆਹ ਮਿਸ਼ਨ ਥੋੜ੍ਹਾ ਲੰਬਾ ਖਿੱਚੋ ਗਿਆ ਯਾਰ, ਕਿਉਂਕਿ ਮੈਂ ਫਸ ਗਿਆ ਇਸ ਟਾਈਮ 'ਤੇ। ਹੁਣ ਮੈਨੂੰ ਬਚਣਾ ਤਾਂ ਪੈਣਾ ਹੀ ਆ, ਜਗ੍ਹਾ ਦੂਰ ਹੈ। ਉਹ ਗੱਡੀ, ਉਹ ਬਾਈ ਐਕਸ, ਉਹ ਤੇਰੀ ਦੀ ਗੱਡੀ ਹੈ, ਪਲਟ ਗਈ ਹੈ, ਪਰ ਤੇਰਾ ਯਾਰ ਹੁਣ ਤੱਕ ਬਚਿਆ ਵਾ। ਉਹ ਛੇਤੀ ਜਾਵਾਂ, ਭਜਾਵਾਂ ਗੱਡੀ ਮੈਂ, ਕੋਈ ਗੱਡੀ ਫੜਨੀ ਪੈਣੀ ਲੱਗਦਾ ਮੈਨੂੰ। ਆਹ ਤਾਂ ਫਟ ਗਈ ਗੱਡੀ ਪੂਰੀ। ਸਪੋਰਟਸ ਕਾਰ ਚੱਕਾ, ਸਪੋਰਟਸ ਕਾਰ, ਹੁਣ ਭੱਜਾ ਸਪੋਰਟਸ ਕਾਰ 'ਚ। ਨਹੀਂ ਨਹੀਂ ਆਏ ਠੀਕ ਆ ਹੁਣ, ਛੇਤੀ ਆ ਓਏ। ਨਹੀਂ ਨਹੀਂ ਸਪੋਰਟਸ ਕਾਰ ਆ ਜਾ, ਉਹ ਤੂੰ ਪਾਗਲ ਹੋ ਗਿਆ। ਚੱਲੋ ਛੇਤੀ। ਉਹ ਗੱਡੀ ਪਾਉਂਦੀ ਓਏ, ਗੱਡੀ ਉਹ ਮਿਲਟਰੀ ਵਾਲੇ ਨੇ ਗੱਡੀ ਪਾਉਂਦੀ। ਭੱਜਾ ਮੈਂ ਛੇਤੀ। ਉਹ ਬਾਈ ਇੱਕ ਟਾਇਰ ਫਟ ਹੋ ਗਿਆ ਗੱਡੀ ਦਾ, ਉਹ ਸਕਿੱਟਾ ਮਾਰ ਰਹੀ ਗੱਡੀ। ਦੇਖੋ ਹੁਣ ਜਾਵਾਂ ਮੈਂ ਇੱਕ ਮਿੰਟ ਏਰੀਏ 'ਤੇ ਆਪਣੇ। ਉਹ ਬਾਈ ਦੇਖੋ, ਉਹ ਦੇਖੋ ਮੇਰੀ ਗੱਡੀ ਕੰਮ ਘੁੰਮੂਗੀ। ਉੱਧਰ ਉਹਨਾਂ ਨੇ ਗੋਲੀ ਮਾਰ ਮਾਰ ਕੇ ਤੰਗ ਕਰ ਦੇਣਾ ਸਾਨੂੰ। ਬਾਈ 5-star ਪੁਲਿਸ ਪਿੱਛੇ ਪੈ ਗਈ, 6-star ਨਹੀਂ ਪਈ, ਨਹੀਂ ਤਾਂ ਟੈਂਕ ਆਉਂਦੇ ਸਿੱਧਾ ਮਾਰਨ ਨੂੰ। ਚਲੋ ਯਾਰ ਉਹ ਰੀਸ ਫੇਰ ਕਟਾ ਗੱਡੀ, ਹੁਣ ਵੱਜੂਗਾ ਮੈਂ। ਰੱਬਾ ਬਚਾ ਲਓ, ਰੁਕੋ ਹੌਲੀ ਹੌਲੀ ਜਾਵਾਂ ਬਾਈ, ਬੰਦੇ ਪਿੱਛੇ ਨਾ ਪੈ ਜੇ। ਚਲੋ ਜੀ, ਇਹਨਾਂ ਨੂੰ ਹੁਣ ਕਿਆ ਪਤਾ ਕਿ ਕਿੱਥੇ ਆ ਮੈਂ। ਬੜਾ ਕਹਿੰਦੇ ਨਾ ਲੌਜਿਕ ਹੀ ਨਹੀਂ ਹੈਗਾ ਗੇਮ 'ਚ ਬਿਲਕੁਲ ਵੀ। ਮਤਲਬ ਤੁਸੀਂ ਗੱਡੀ ਸਪਰੇ ਕਰੋ, 5-star ਪੁਲਿਸ ਕੱਟ ਹੋ ਜੂਗੀ, ਐਵੇਂ ਕੁਛ ਨਹੀਂ ਹੁੰਦਾ। ਹੁਣ ਤੇਜ਼ੀ 'ਤੇ ਜਾਈਏ ਤੇਰਾ ਯਾਰ, ਬਿਨਾਂ ਰੁਕੇ ਅਤੇ ਬਿਨਾਂ ਗਤੀ ਦੀ ਸਪੀਡ 'ਤੇ। ਉਹ ਕਦ ਪਹੁੰਚੂਗਾ ਮੈਂ ਸਮਝ ਨਹੀਂ ਆ ਰਿਹਾ। ਉਹ ਐਡਾ ਬੜੇ ਮਿਸ਼ਨ ਕਰਕੇ ਆਇਆ ਮੈਂ, ਬੰਬ ਭੰਨ ਕੇ ਆਇਆ ਇੱਕ ਮੌਲ 'ਚ। ਵੈਸੇ ਮੌਲ 'ਚ ਮੈਂ ਜਾਂਦੇ ਹੋਏ ਸਿਕਿਉਰਟੀ ਚੈੱਕ ਹੁੰਦੀ ਹੈ, ਪਰ ਇਸ ਵਾਰੀ ਨਹੀਂ ਹੋਈ, ਨਹੀਂ ਤਾਂ ਅੰਦਰ ਜਾ ਕੇ ਲੰਘਣਾ ਪੈਂਦਾ। ਉਹ ਦੇਖੋ ਸਟੰਟ, ਲੋਹਾ ਵੱਜਿਆ ਧਰਤੀ ਪਾ, ਪਹੁੰਚ ਗਿਆ ਯਾਰ ਉਹ ਮੈਂ। ਹੋਏ ਹੋਏ ਸ਼ੁਕਰ ਹੈ, ਮਿਸ਼ਨ ਤਾਂ ਹੋਣੇ ਵਾਲਾ ਸਾਡਾ, ਸਭ ਤੋਂ ਔਖਾ ਸੀ ਗੇਮ 'ਚ ਮਿਸ਼ਨ ਆ ਕੋਪਲੈਂਡ। ਚਲੋ ਜੀ, ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਫੇਰ ਗੇੜਾ ਮਾਰ ਜਾ। ਚਲੋ ਜੀ, ਪਿੰਡ ਤਾਂ ਗੈਂਗਲੈਂਡ ਬਣਾਈ ਦਿੱਤਾ ਆਪਾਂ ਨੇ, ਅਤੇ ਗੱਡੀ ਵੀ ਗੜੀ ਕਰਤੀ ਗਰਾਜ 'ਚ ਮਹਿੰਗੀ ਮਸਟੈਂਗ ਜੱਟ ਦੀ। ਉਹ ਲੈਂਸ ਅੰਦਰ ਰਹਿ ਗਏ ਓਏ, ਮੈਨੂੰ ਕੱਢਾ ਪਹਿਲਾਂ ਮੈਂ, ਕਲੋ ਲਈਏ ਲੈਂਸ ਵੀ ਯਾਰ। ਚਲੋ ਪਹੁੰਚ ਗਏ ਯਾਰ, ਓਏ ਜਿੱਤ ਗਿਆ ਮਿਸ਼ਨ ਤੇਰਾ ਯਾਰ। ਹੁਣ ਅੰਦਰ ਕੱਪੜੇ ਚੇਂਜ ਕਰਕੇ ਆਏ ਦਿਲਦਾਰ। ਓਏ ਹੋਏ ਪ੍ਰੋਪਰਟੀ ਕੰਪਲੀਟ ਹੋ ਗਈ ਮੇਰੀ, ਹੁਣ ਅੱਗੇ ਤਾਂ ਮੇਰੀ ਪ੍ਰੋਪਰਟੀ ਹੈ, ਕੋਈ ਬਾਪ ਹੱਥ ਲਾ ਦੇ ਕਿਸੇ ਦਾ। ਹੁਣ ਉਰੇ 'ਤੇ ਜਾ ਕੇ ਮੈਨੂੰ ਪੈਸੇ ਮਿਲੇ ਕਰੂੰਗੇ, ਉਰੇ 'ਤੇ ਪੈਸੇ ਲੈਣੇ ਆ ਮੈਨੂੰ ਬਸ। ਸਭ ਤੋਂ ਜ਼ਿਆਦਾ ਪੈਸੇ ਸੀ 5,000 ਹੋਊਗਾ। ਓਏ ਜਿੱਤ ਗਏ ਤੇਰੇ ਯਾਰ 10,000। ਪਲੀਜ਼ ਸਬਸਕ੍ਰਾਈਬ ਕਰੋ ਯਾਰ, ਲਾਈਕ ਸ਼ੇਅਰ ਦੋਸਤਾਂ 'ਚ ਵੰਡ ਦਿਉ ਵੀਡੀਓ, ਪੂਰੀ ਜਗ੍ਹਾ 'ਚ ਘੁੰਮਾ ਦਿਉ ਵੀਡੀਓ ਬਸ। ਠੀਕ ਹੈ ਵੀਰੋ। ਟੌਮੀ, ਮੈਂ ਲੈਂਸ ਬੋਲ ਰਿਹਾ, ਆਪਣਾ ਮੂੰਹ ਬੰਦ ਰੱਖੀ ਕਿਉਂਕਿ ਮੇਰੇ ਕੋਲ ਬਹੁਤ ਘੱਟ ਹੈ ਟਾਈਮ ਬੋਲਣ ਦਾ। ਮੈਨੂੰ ਕੋਈ ਮਤਲਬ ਨਹੀਂ, ਤੂੰ ਮੈਨੂੰ ਜੋ ਮਰਜ਼ੀ ਕਹਿ ਸਕਦਾ, ਮੈਂ ਕੋਈ ਮਤਲਬ ਹੀ ਨਹੀਂ ਹੈ ਬਸ ਮੈਨੂੰ। ਕਹਿ ਰਿਹਾ ਮੈਂ ਤੈਨੂੰ, ਤੂੰ ਮੇਰੀ ਥੋੜ੍ਹੀ ਕੇਅਰ ਕੀਤੀ ਸੀ, ਮੇਰੀ ਇੱਜ਼ਤ ਕੀਤੀ ਸੀ, ਤੂੰ ਜਾਣਦਾ ਹੀ ਹੋਗਾ, ਹੈ ਨਾ। ਸੋਰੀ ਟੌਮੀ ਯਾਰ, ਮੇਰੇ ਤਾਂ ਉਸ ਦਿਨ ਗਲਤ ਨਿਕਲ ਗਿਆ ਸੀ ਮੂੰਹ 'ਤੇ, ਲੋਕਾਂ ਨੇ ਅੱਜ ਤੱਕ ਮੇਰੀ ਇੱਜ਼ਤ ਨਹੀਂ ਕਰੀ, ਮੈਨੂੰ ਉਹ ਛੋਟਾ ਜਿਹਾ ਬੱਚਾ ਸਮਝਦੇ ਸੀ। ਮੇਰੇ ਭਾਈ ਨੇ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਕੀਤਾ ਸੀ, ਪਲੀਜ਼ ਤੂੰ ਨਾ ਕਰੀ ਯਾਰ। ਸੁਣ ਰਿਹਾ ਨਾ, ਮੈਨੂੰ ਹੁਣ ਜਾਣਾ।